ਸਾਰੇ ਅਫਸਰ ਜਿਹੜੇ ਨੇ ਜਿਨ੍ਹਾਂ ਦਾ ਕੰਮ ਹੈ ਇਹ ਐਸਟੀਮੇਟ ਬਣਾਉਣਾ ਵੀ ਕੀ ਜਾਂ, ਅਤੇ ਫਿਰ ਉਹਨਾਂ ਦੀ ਡਿਗਰੀ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ ਨਾ ਜੀ। ਦੇਖੋ ਕਿਸੇ ਨੇ ਕੋਈ ਇੰਜੀਨੀਅਰ ਇੰਨਾ ਕੋਈ ਬਹੁਤ ਸਾਰਾ ਵਿੰਗ ਹੈ ਪੂਰਾ, ਉਹ ਤਾਂ ਕਹਿੰਦੇ ਵੀ ਕੰਮ 'ਤੇ ਖਰਚ ਹੋਣਾ 10 ਲੱਖ ਰੁਪਈਆ, ਇਹ ਕਹਿੰਦੇ 6 ਲੱਖ 'ਚ ਕਰ ਦਿਆਂਗੇ। ਬਿਲਕੁਲ 6 ਲੱਖ 'ਚ ਕੰਮ ਹੀ ਕਰ ਦਿਆਂਗੇ, ਤੁਹਾਡੀ ਕਮਿਸ਼ਨ ਵੀ ਕੱਢ ਦਿਆਂਗੇ, GST ਵੀ ਦੇ ਦਿਆਂਗੇ, ਆਹ ਵੀ ਪੈਸੇ ਕਮਾ ਲਾਂਗੇ ਅਤੇ ਲੋਕਾਂ ਨੂੰ ਵੀ ਖੁਸ਼ ਕਰ ਦਿਆਂਗੇ ਜੀ। ਉਹਨਾਂ ਨੇ ਇੱਕ ਠੇਕੇਦਾਰ ਨੂੰ ਫਾਇਦਾ ਪਹੁੰਚਾਉਣ ਵਾਸਤੇ ਨਾ ਉਹਨਾਂ ਨੇ ਇੱਕ ਕਲਾਸ ਪਾ ਦਿੱਤੀ ਵੀ ਟਾਇਲ ਦੀ ਸਟੀਲ ਮੋਲਡਿੰਗ ਵਾਲੀ ਟਾਇਲ ਲੱਗੇਗੀ। ਉਹਦੀ ਵੀ ਕੰਪਲੇਂਟ ਹੋਈ ਹੋਈ ਜੇ, ਅਤੇ ਮਾਮਲਾ ਹੁਣ ਚੰਡੀਗੜ੍ਹ ਪਹੁੰਚਿਆ ਹੋਇਆ ਜੇ। 9 ਕਰੋੜ ਦੇ ਕੰਮ ਹੋਇਆ, ਸਿਰਫ ਇੱਕੋ ਬੰਦੇ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੁਸੀਂ ਸਰਕਾਰ ਨੂੰ 9 ਕਰੋੜ ਰੁਪਏ ਦਾ ਨੁਕਸਾਨ ਕਰਤਾ। ਆਹ ਸਾਡੇ ਕੋਲ ਛੜੀ ਹੈਗੀ ਜੀ, ਅਸੀਂ ਘੁਮਾਉਣੀ ਆ, ਸੜਕ ਬਣ ਜਾ, ਬਣ ਗਈ ਸੜਕ, ਬਣ ਗਈ ਟਾਈਲਾਂ, ਲੱਗ ਜਾ ਲੱਗ ਗਈ, ਘਾਹ ਵੱਢਿਆ ਗਿਆ, ਹੁਣ ਘਾਹ ਕੀ ਕਰਨਾ ਇਹਨਾਂ ਨੇ। ਪੰਜਾਬ ਰੰਗਲਾ ਪੰਜਾਬ ਕਦੀ ਨਹੀਂ ਬਣਨਾ, ਪੰਜਾਬ ਤੰਗਲਾ ਪੰਜਾਬ ਜ਼ਰੂਰ ਬਣ ਗਿਆ ਅਤੇ ਹੋਰ ਕੰਗਾਲ ਇਹਨੇ ਹੋ ਜਾਣਾ। ਅਤੇ ਜਿੱਥੋਂ ਪੈਸੇ ਆਉਣੇ ਚਾਹੀਦੇ ਆ ਸਰਕਾਰ ਨੂੰ, ਉੱਥੋਂ ਪੈਸੇ ਆ ਨਹੀਂ ਰਹੇ, ਕਿਉਂਕਿ ਜਿਹੜਾ ਮਾਫੀਆ ਉਹ ਸ਼ਿਫਟ ਹੋ ਗਿਆ ਤੁਹਾਡੇ ਦੇ ਵਿੱਚ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4 ਨਿਊਜ਼, ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ 'ਚ ਤੁਹਾਡਾ ਸਵਾਗਤ ਹੈ। ਇਲੈਕਸ਼ਨ ਖਤਮ ਹੋ ਗਏ ਨੇ ਅਤੇ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਡਿਵੈਲਪਮੈਂਟ ਵੱਲ ਧਿਆਨ ਦਿੱਤਾ ਹੈ। ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਨੇ ਵੀ ਟੈਂਡਰ ਖੋਲ੍ਹੇ ਨੇ, ਕਰੀਬ 6 ਕਰੋੜ ਰੁਪਏ ਦੇ ਕੰਮ ਜਿਹੜੇ ਆ ਉਹ ਡਿਫਰੈਂਟ ਇਲਾਕਿਆਂ ਦੇ ਵਿੱਚ ਹੋਣੇ ਨੇ ਅਤੇ ਹੋਣੇ ਵੀ ਚਾਹੀਦੇ ਨੇ, ਕਿਉਂਕਿ ਜਿੱਥੇ ਜਿੱਥੇ ਡਿਵੈਲਪਮੈਂਟ ਦੀ ਲੋੜ ਹੈ, ਲੋਕਾਂ ਨੂੰ ਜਿਹੜੇ ਚੀਜ਼ਾਂ ਦੀ ਜ਼ਰੂਰਤ ਹੈ, ਸਰਕਾਰ ਦਾ ਕੰਮ ਹੈ ਉਹ ਬੇਸਿਕ ਫੈਸਿਲਿਟੀਆਂ ਮੁਹੱਈਆ ਕਰਾਉਣਾ। ਪਰ ਇਹ ਨਹੀਂ ਟਾਈਲਾਂ ਲਾਈ ਜਾਓ, ਘਾਹ ਪਟਾਈ ਜਾਓ ਅਤੇ ਉਹਦੇ 'ਤੇ ਹੀ 6 ਕਰੋੜ ਰੁਪਇਆ ਖਰਚ ਕਰ ਦਿਓ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਕੰਮ ਜਿਹੜੇ ਨੇ ਜਿਨ੍ਹਾਂ ਠੇਕੇਦਾਰਾਂ ਨੂੰ ਅਲਾਟ ਹੋਏ ਨੇ, ਕਿਸੇ ਨੇ 40% ਲੈਸ ਭਰੇ ਜੇ ਅਤੇ ਕਿਸੇ ਨੇ ਤਾਂ 50% ਤੋਂ ਵੀ ਵੱਧ ਲੈਸ ਭਰਤਾ ਜੇ। ਹੁਣ ਇਹ ਕੰਮ ਹੋਣਗੇ ਕਿ ਲੀਪਾਪੋਤੀ ਕਰ ਦਿੱਤੀ ਜਾਏਗੀ? ਅਸੀਂ ਪਹਿਲੇ ਵੀ ਬਹੁਤ ਸਾਰੇ ਐਪੀਸੋਡ ਜਿਹੜੇ ਆ ਇੰਪਰੂਵਮੈਂਟ ਟਰੱਸਟ ਨੂੰ ਲੈ ਕੇ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਉੱਥੇ ਉਹਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਸਨ। ਪੁਰਾਣੀਆਂ ਟੈਲਾਂ ਪੁੱਟਦੇ ਨੇ, ਉੱਥੇ ਹੀ ਟੈਲਾਂ ਲਾ ਕੇ ਅਤੇ ਸਾਰਾ ਸਿਸਟਮ ਚੱਲੀ ਜਾਂਦਾ। ਹੁਣ ਜਿਹੜੇ 40% ਕੰਮ, ਯਾਨੀ ਕਿ ਕਿਸੇ ਦਾ 1 ਲੱਖ ਰੁਪਏ ਦਾ ਜੇ ਐਸਟੀਮੇਟ ਬਣਿਆ ਨਾ, ਅਤੇ ਉਸਨੇ ਪਹਿਲੇ 40% ਲੈਸ ਭਰਦਾ ਕਿ, ਯਾਨੀ ਕਿ ਉਹ ਸਰਕਾਰ ਕਹਿੰਦੀ ਹੈ, ਸਰਕਾਰੀ ਅਫਸਰ ਜਿਹੜੇ ਉਹ ਮੰਨਦੇ ਨੇ ਇਹ ਕੰਮ ਦੀ ਕੀਮਤ 1 ਲੱਖ ਰੁਪਇਆ ਕੋਸਟ ਆਉਣੀ ਚਾਹੀਦੀ ਹੈ। ਪਰ ਜਿਹੜੇ ਠੇਕੇਦਾਰ ਨੇ ਉਹ ਕਹਿੰਦੇ ਨਹੀਂ, ਅਸੀਂ ਤਾਂ ਇਹਨੂੰ 60,000 'ਚ ਹੀ ਕਰ ਦਿਆਂਗੇ। ਹੁਣ 60,000 ਦੇ ਵਿੱਚ ਉਹਨੇ ਦੇਖੋ ਟੈਕਸ ਵੀ ਦੇਣੇ, ਜਿਹੜੀ ਅਫਸਰਾਂ ਦੀ ਕਮਿਸ਼ਨ ਜਿਹੜੀ ਜਾਂਦੀ ਹੈ, ਜਿਹੜੀ ਉਹ ਸਭ ਨੂੰ ਓਪਨ ਸੀਕਰਟ ਹੈ, ਉਹ ਵੀ ਦੇਣੀ ਹੈ, ਅਤੇ ਆਪ ਵੀ ਕੋਈ ਕਮਾਈ ਕਰਨੀ ਹੈ। ਹੁਣ ਇਹਦੇ 'ਚੋਂ ਕਿੰਨੇ ਪੈਸੇ ਲੱਗਣਗੇ ਅਤੇ ਕਿੰਨੇ ਨਹੀਂ ਲੱਗਣਗੇ, ਇੱਥੇ ਵੀ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਸਾਡੇ ਐਕਸਪਰਟ ਰਾਕੇਸ਼ ਸ਼ਰਮਾ। ਸ਼ਮੇ ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਮਾ ਜੀ, ਬੜੀ ਦੇਰ ਬਾਅਦ ਅਸੀਂ ਫਿਰ ਇੰਪਰੂਵਮੈਂਟ ਟਰੱਸਟ ਦੀ ਗੱਲ ਕਰ ਰਹੇ ਹਾਂ, ਕਿਉਂਕਿ ਕਰਨੀ ਬੜੀ ਇੰਪੋਰਟੈਂਟ ਸੀ। ਵਿਕਾਸ ਕੰਮਾਂ ਨੂੰ ਲੈ ਕੇ ਟੈਂਡਰ ਖੁੱਲ੍ਹੇ ਨੇ ਜੀ। ਪੁਰਾਣੇ ਚੇਅਰਮੈਨ ਸੀਗੇ ਜਿਹੜੇ, ਇੱਕ ਦਮਨਦੀਪ ਸਿੰਘ ਜੀ, ਮੈਨੂੰ ਯਾਦ ਆਉਂਦੀ ਉਹਨਾਂ ਦੀ ਗੱਲ, ਕਹਿੰਦੇ ਜਦੋਂ ਮੈਂ ਚੇਅਰਮੈਨ ਬਣਿਆ ਤਾਂ ਮੇਰੇ ਕੋਲ ਕਹਿੰਦੇ 38 ਕਰੋੜ ਦਾ ਐਸਟੀਮੇਟ ਆ ਗਿਆ ਰਣਜੀਤ ਐਵਨਿਊ ਦੇ ਏਰੀਏ ਦੇ ਵਿੱਚ ਦਾ ਜੀ। ਕਹਿੰਦੇ ਮੈਂ ਆ ਗਿਆ ਵੀ ਜਿਹੜਾ ਐਸਟੀਮੇਟ ਉਹਨਾਂ ਨੇ ਬਣਾਇਆ ਇਹਦੇ 2-2.5 ਕਰੋੜ ਰੁਪਏ ਤੋਂ ਵੱਧ ਲੱਗਦਾ ਹੀ ਨਹੀਂ ਕੰਮ। ਕਹਿੰਦੇ ਮੈਂ ਤਾਂ ਰੱਬ ਨੂੰ ਜਾਣਦੇ ਨਹੀਂ, ਮੈਂ ਨਹੀਂ ਇਹ ਕੰਮ ਕਰਨਾ। ਅਤੇ ਹੁਣ ਤੁਸੀਂ ਦੇਖੋ ਇੱਥੇ ਮਹਾਸ਼ੇ ਨੇ, ਅਤੇ ਪੁਰਾਣੇ ਜਿਹੜੇ ਠੇਕੇਦਾਰ ਨੇ ਉਹਨਾਂ ਦੀ ਇੱਥੇ ਤੂਤੀ ਬੋਲਦੀ ਹੈ। ਹੁਣ ਕਿ ਜੀ ਉਹਨਾਂ ਨੇ ਕਿੰਨੇ ਕਿੰਨੇ ਲੈਸ ਭਰੇ ਆ, ਉਹ 'ਤੇ ਤੁਸੀਂ ਇੱਕ ਇੱਕ ਗੱਲ ਕਰੋਗੇ, ਪਰ ਮੇਰਾ ਸਵਾਲ ਉਹਦੇ ਨਾਲ ਇੱਕ ਇਹ ਵੀ ਹੈ ਤੁਹਾਨੂੰ ਵੀ ਕਿਹੜੇ ਅਫਸਰ ਜਿਹੜੇ ਨੇ ਜਿਨ੍ਹਾਂ ਦਾ ਕੰਮ ਹੈ ਇਹ ਐਸਟੀਮੇਟ ਬਣਾਉਣਾ ਵੀ ਕੀ ਜਾਂ, ਅਤੇ ਫਿਰ ਉਹਨਾਂ ਦੀ ਡਿਗਰੀ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ ਨਾ ਜੀ। ਦੇਖੋ ਕਿਸੇ ਨੇ ਕੋਈ ਇੰਜੀਨੀਅਰ ਇੰਨਾ ਕੋਈ ਬਹੁਤ ਸਾਰਾ ਵਿੰਗ ਹੈ ਪੂਰਾ, ਉਹ ਤਾਂ ਕਹਿੰਦੇ ਵੀ ਕੰਮ 'ਤੇ ਖਰਚ ਹੋਣਾ 10 ਲੱਖ ਰੁਪਈਆ, ਇਹ ਕਹਿੰਦੇ 6 ਲੱਖ 'ਚ ਕਰ ਦਿਆਂਗੇ। ਬਿਲਕੁਲ 6 ਲੱਖ 'ਚ ਕੰਮ ਹੀ ਕਰ ਦਿਆਂਗੇ, ਤੁਹਾਡੀ ਕਮਿਸ਼ਨ ਵੀ ਕੱਢ ਦਿਆਂਗੇ, GST ਵੀ ਦੇ ਦਿਆਂਗੇ, ਆਹ ਵੀ ਪੈਸੇ ਕਮਾ ਲਾਂਗੇ ਅਤੇ ਲੋਕਾਂ ਨੂੰ ਵੀ ਖੁਸ਼ ਕਰ ਦਿਆਂਗੇ ਜੀ। ਇਹਨਾਂ ਕੋਲ ਮੈਨੂੰ ਲੱਗਦਾ ਕੋਈ ਪਰੀ ਆਈ ਆ, ਉਹ ਜਾਦੂ ਦੀ ਛੜੀ ਦੇ ਗਈ ਆ,
ਉਹਨਾਂ ਦੀ ਘੁੰਮਾ ਕੇ ਆਉਂਦਾ ਚੱਲ ਲੈ ਹੋ ਗਿਆ, ਜਿੱਦਾਂ ਕੋਈ ਜਿੰਨ ਨਹੀਂ ਮਿਲਦਾ ਕਿਸੇ ਨੂੰ, ਉਹ ਮਾਨਦਾ ਵੀ ਚੱਲ ਅਲੀ ਬਾਬਾ ਖੁੱਲ ਜਾ, ਅਤੇ ਉਹ ਗੁਫਾ ਖੁੱਲ ਜਾਂਦੀ ਅਤੇ ਉਹ ਸ਼ਰਫੀਆਂ ਕੱਢਦਾ ਅਤੇ ਬਾਹਰ ਆ ਜਾਂਦਾ। ਇਹ ਹਾਲ ਇਹਨਾਂ ਕੋਲ ਜਾਗਦਾ ਵੀ ਇਹਨੇ ਛੜੀ ਘੁੰਮਾ ਕੇ ਕੰਮ ਕਰਨਾ, ਐਕਚੁਅਲ ਕੰਮ ਨਹੀਂ ਕਰਨਾ। ਅਤੇ ਜਾਂ ਉਹਨਾਂ ਦੀ ਕ੍ਰੈਡੀਬਿਲਿਟੀ 'ਤੇ ਸਵਾਲ ਆ ਜਾਂਦਾ ਬੰਦਿਆਂ ਦੀ ਵੀ ਉਹ ਕੈਪੇਬਲ ਹੀ ਨਹੀਂ ਹੈਗੇ ਜਿਨ੍ਹਾਂ ਨੇ ਐਸਟੀਮੇਟ ਬਣਾਇਆ। ਜੀ ਜੇ ਕੈਪੇਬਲ ਉਹ ਕਹਿੰਦੇ ਵੀ ਇਹਦਾ ਐਸਟੀਮੇਟਡ ਕੋਸਟ ਇੰਨੀ ਆ, ਇਹ ਕਹਿੰਦੇ ਨਾ ਅਸੀਂ 40% ਘੱਟਦੇ ਕਰਾਂਗੇ, ਅਸੀਂ 50% ਘੱਟਦੇ ਕਰਾਂਗੇ, ਕਿੱਦਾਂ ਕਰ ਦੇਣਗੇ ਇਹਦਾ ਮੈਂ ਜਾਂ ਤਾਂ ਕੁਆਲਿਟੀ ਦਾ ਸਮਝੌਤਾ ਕਰਨਗੇ। ਵੈਸੇ ਰਕੇਸ਼ ਜੀ, ਇੱਕ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਵੀ ਪੂਰੇ ਪੰਜਾਬ ਦੇ ਵਿੱਚ ਇਹ ਸਾਰੀ ਚੀਜ਼ ਨਾ ਕੰਪਾਈਲ ਕਰਨੀ ਚਾਹੀਦੀ ਹੈ ਲੋਕਲ ਡਿਪਾਰਟਮੈਂਟ, ਤਾਂ ਤੁਹਾਡੇ ਕੋਲ ਹੈ ਵੀ ਬਠਿੰਡੇ ਕਿੰਨਾ ਚੱਲ ਰਿਹਾ, ਜਲੰਧਰ ਕਿੰਨਾ ਲੈੱਸ ਚੱਲ ਰਿਹਾ, ਲੁਧਿਆਣੇ ਕਿੰਨਾ ਚੱਲ ਰਿਹਾ ਲੈੱਸ, ਵੀ ਜੇ ਉੱਥੇ ਮੰਨ ਲਓ 20% ਲੈੱਸ ਚੱਲਦਾ ਤਾਂ ਉੱਥੇ 20% ਕਿਉਂ, ਇੱਥੇ 40 ਕਿਉਂ। ਭੰਡਾਰੀ ਸਾਹਿਬ ਅਸੀਂ ਬੜੇ ਐਪੀਸੋਡ ਕੀਤੇ ਆ, ਇਹ ਕੰਮ ਇੱਥੇ 2-2% ਲੈੱਸ ਤੇ, 10% ਲੈੱਸ ਤੇ, 12% ਲੈੱਸ ਤੇ ਹੋਏ ਆ, ਅਤੇ ਹੁਣ 42%। ਕ੍ਰੈਡੀਬਿਲਿਟੀ ਸਾਡੇ ਚੈਨਲ ਨੂੰ ਆ ਵੀ ਐਰ ਕੀ ਪਾਰਦਰਸ਼ਤਾ ਆਈ ਆ, ਓਪਨ ਟੈਂਡਰ ਖੁੱਲ੍ਹੇ, ਇਹ ਨਹੀਂ ਹੋਇਆ ਵੀ ਅੰਦਰਲੇ ਖਾਤੇ ਪੂਲ ਕਰਕੇ ਕੰਮ ਦੇ ਦਿੱਤਾ ਗਿਆ, ਪੂਲਿੰਗ ਸਿਸਟਮ ਐਰ ਕੀ ਬੰਦ ਹੋਇਆ। ਇਹਦੇ ਲਈ ਚੇਅਰਮੈਨ ਸਾਹਿਬ ਵੀ ਵਧਾਈ ਦੇ ਪਾਤਰ ਆ, ਐਸਸੀ ਸਾਹਿਬ ਵੀ ਵਧਾਈ ਦੇ ਪਾਤਰ ਆ, ਚੰਡੀਗੜ੍ਹ ਬੈਠੇ ਵੀ, ਚੰਡੀਗੜ੍ਹ ਸੀਵੀਓ ਸਾਹਿਬ ਵੀ ਵਧਾਈ ਦੇ ਪਾਤਰ, ਅਤੇ ਸੈਕਟਰੀ ਸਾਹਿਬ ਵਧਾਈ ਦੇ ਪਾਤਰ ਵੀ ਪੂਲ ਸਿਸਟਮ ਦੀ ਬੰਦ ਕਰਾਤਾ ਜੀ। ਭਾਵੇਂ ਛੋਟੇ ਠੇਕੇਦਾਰ ਮਰ ਗਏ ਐਰ ਕੀ, ਛੋਟੇ ਠੇਕੇਦਾਰਾਂ ਨੂੰ ਕੰਮ ਕੋਈ ਨਹੀਂ ਮਿਲਿਆ, ਕੰਮ ਸਾਰੇ ਵੱਡੀਆਂ ਮਛਲੀਆਂ ਲੈ ਗਈਆਂ, ਜ਼ਿਆਦਾਤਰ ਕੰਮ ਜਿਹੜੀ ਆ ਵੱਡੀਆਂ ਮਛਲੀਆਂ ਲੈ ਕੇ। ਕਿਤੇ ਭਾਈ ਸਾਹਿਬ ਇੱਦਾਂ ਦੇ ਡਿੱਗਦਾ ਸਾਹਿਬ, ਉਹਨਾਂ ਨੇ ਕਿਸੇ ਜੋਸ਼ੀ ਕੋ ਕਢਾ ਕੇ ਲਾਇਆ ਜੇ ਆਪਦਾ, ਜਿੰਨੇ ਉਹਨਾਂ ਨੂੰ ਕੰਮ ਮਿਲੇ ਜੇ 12 ਮਿਲੇ ਤੇ 11 ਵਿੱਚ ਜਿਹੜੀ ਉਹਨਾਂ ਦੀ ਲੈਸ ਹੈਗੀ ਚਾਹੇ ਮੈਨੇ 40.86 86 ਨਾਲ ਬੜਾ ਪ੍ਰੇਮ ਜੇ ਉਹਨਾਂ ਨੂੰ 40.86, ਉਹਦਾ ਮੈਨੂੰ ਫੰਡਾ ਹੀ ਨਹੀਂ ਸਮਝ ਪਿਆ ਵੀ 40.86 ਕਿਉਂ ਹੋਇਆ, 39.86 ਕਿਉਂ ਨਹੀਂ ਹੋ ਗਿਆ, 41.86 ਕਿਉਂ ਨਹੀਂ ਹੋ ਗਿਆ, ਉਹਨਾਂ ਦੀ ਸਾਰੀ ਲੈਸ ਹੀ ਇੱਦਾਂ ਚੁਣੀ ਆ। ਹੁਣ ਵੇਖੋ ਟੈਂਡਰ ਖੁੱਲ੍ਹੇ, ਬੜੇ ਚਿਰ ਦੇ ਠੇਕੇਦਾਰ ਵਿਚਾਰੇ ਡਿੱਗਣ ਡੇ, ਕਈ ਗਰੀਬ ਮਾਰੇ ਗਏ। ਇੱਕ ਠੇਕੇਦਾਰ ਕੱਲ੍ਹ ਮੈਨੂੰ ਸਕੂਟਰੀ ਵਾਲਾ ਠੇਕੇਦਾਰ ਕਹਿੰਦੇ, ਉਹਦੇ ਨਾਲ ਮੇਰੀ ਗੱਲ ਵੀ ਹੋਈ, ਮੈਂ ਸੁਣਾਓ ਠੇਕੇਦਾਰ ਸਾਹਿਬ ਅਤੇ ਤੀਹ ਸੁਸਾਇਟੀ ਬਣਾਈ ਆ, ਕੋਈ ਟੈਂਡਰ ਮਿਲਿਆ, ਆਉਂਦਾ ਜੀ ਮੇਰਾ ਤਾਂ BP ਵੱਧ ਗਿਆ, ਮੇਰਾ ਤਾਂ ਸਿਰ ਫਟਣ ਡਿਆ, ਮੇਰਾ 3 ਲੱਖ ਰੁਪਇਆ ਮਰ ਗਿਆ, ਹੈਨਾ ਕਿਉਂ, ਆਉਂਦਾ ਜੀ ਮੈਂ ਤਾਂ 100 ਸ਼ਦਾਈ ਹੋ ਗਿਆ, ਲੋਕਾਂ 40%, 50% ਲੈਸ ਭਰੀ ਆ, ਇਹ ਕਿੱਦਾਂ ਕੰਮ ਚੱਲੂ, ਮੇਰਾ 3 ਲੱਖ ਰੁਪਇਆ ਹੀ ਮਰ ਗਿਆ। ਵੇਖੋ ਗਰੀਬ ਨੇ ਕਿੱਦਾਂ ਚੁੱਕ ਚੁਕਾ ਕੇ ਪੈਸੇ ਲਾਏ, ਉਹਦੇ ਹੱਕ ਲਾਲ ਦੀ ਕਮਾਈ ਵਿਚਾਰੇ ਦੀ ਮਰ ਗਈ। ਮੈਂ ਉਹਨੂੰ ਕਿਹਾ ਯਾਰ ਨਾਲ ਨਾ ਬਾੜ ਪਈ ਅਤੇ 3-4 ਲੱਖ ਹੋਰ ਨਾ ਲਾਵੀਂ, ਤੂੰ ਸਿਦਕ ਰੱਖ, ਕੋਈ ਹੋਰ ਕੰਮ ਵੇਖ ਲਾ ਜਾਂ ਕਿਸੇ ਨਾਲ ਰਲ ਕੇ ਕੋਈ ਕੰਮ ਕਰ ਲਾ, ਯਾਰ ਤੂੰ ਹੌਸਲਾ ਕਰ, ਕੋਈ ਗੱਲ ਨਹੀਂ, ਠੀਕ ਰਹੇਗਾ ਤਾਂ 3 ਲੱਖ ਇਹੀ ਕਮਾ ਲਏਗਾ। ਮਤਲਬ ਇੱਦਾਂ ਦੇ ਬੰਦੇ ਨੇ ਵਿਚਾਰੇ ਮਰਨ ਪਏ ਜਿਹਨਾਂ ਚੁੱਕ ਚੁੱਕ ਪੈਸੇ ਲਾਏ ਸੀ, ਅਤੇ ਇੱਦਾਂ ਦੇ ਜਿਹਨਾਂ ਨੂੰ ਫਰਕ ਹੀ ਕੋਈ ਨਹੀਂ ਪੈਂਦਾ। ਹੁਣ ਵੇਖੋ ਇਹ SDO ਰਾਜਵੀਰ ਸਿੰਘ ਆ, ਉਹਨਾਂ ਦੇ ਹਲਕੇ ਦੇ 8 ਕਾਮਾਂ ਜੀ, ਇੰਟਰਲੋਕਿੰਗ ਬਲੋਕ ਜਿਹੜਾ ਡੀ ਬਲੋਕ ਪਾਰਕਿੰਗ ਹੈਗੀ ਆ, ਉਹ 'ਚ ਕੰਮ ਗਿਆ 41.20% ਲੈਸ ਤੇ ਜੀ। ਘਨੂਪੁਰ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਜਿਹੜੀ ਹੈਗੀ ਆ ਕੰਪਨੀ ਆ, ਉਹਨੂੰ ਚੱਲ ਗਿਆ ਜੇ ਇਹ ਕੰਮ ਗਿਆ ਜੇ 44,60,400 ਰੁਪਈਏ ਦੇ ਵੇ, 48,48 ਰੁਪਈਏ 'ਚ ਜੀ। ਅਤੇ ਦੂਜਾ ਹੈਗਾ ਜੇ 60 mm ਥਿੱਕ ਇੰਟਰਲੋਕਿੰਗ ਟਾਈਲ ਇਨ ਰੈਜੀਡੈਂਸ਼ੀਅਲ ਬਲੋਕ ਇਨ 97 acre ਸਕੀਮ ਅਲੋਂਗ ਏਅਰਫੋਰਸ ਅਥੋਰਟੀ, ਇਹ ਕੰਮ ਮਿਲਿਆ ਜੇ ਚਮਨ ਲਾਲ ਐਂਡ ਸੰਜ ਨੂੰ, ਜਿਹਨਾਂ ਦੀ ਮੈਂ ਗੱਲ ਕਰਨ ਡਿਆ, ਮੈਨੇ 40.86, ਇਹਨਾਂ ਦੀ ਦੋ ਫਰਮਾਂ, ਦੋਵਾਂ 'ਚ ਇਹਨਾਂ ਨੇ 40.86 ਜ਼ਿਆਦਾ ਕੰਮ 'ਤੇ ਜ਼ੋਰ ਵੜਿਆ। ਇਹਨਾਂ ਨੂੰ ਕੰਮ ਮਿਲਿਆ ਜੇ 58,66,688 ਰੁਪਈਏ ਦਾ ਜੀ।
ਫਿਰ ਹੈਗੀ ਜੇ ਇੰਟਰਲੋਕਿੰਗ ਟਾਇਲਸ, ਸੀ ਬਲੋਕ ਪਾਰਕਿੰਗ ਏਰੀਆ ਜੀ, ਐਲਡੋਰਾਡੋ ਹੋਟਲ ਪਾਰਕਿੰਗ, ਵੇਖੋ ਹੋਟਲਾਂ ਨੂੰ ਕਿਹੜੀ ਸੋਹਣੀ ਪਾਰਕਿੰਗ ਬਣਾਵਨਾ ਦੇਣ ਦੇ, ਲੋਕ ਕਹਿੰਦੇ ਥੋੜ੍ਹੀ ਥੋੜ੍ਹੀ ਕੱਚੀ ਜ਼ਮੀਨ ਵੀ ਸਦੋ ਵੀ ਜਿਹੜਾ ਮੀਂਹ ਦਾ ਪਾਣੀ ਧਰਤੀ 'ਚ ਜਾਵੇ, ਜਿਹੜਾ ਪਾਣੀ ਦੀ ਕਮੀ ਆਉਣ ਡੀ ਆ ਉਹ ਨਾ ਰਹੇ ਜੀ। ਪਰ ਇਹਨਾਂ ਕਹਿੰਦੇ ਵੀ ਨਾ ਟੈਲਾਂ ਲਾਈ ਜਾਣੀਆਂ, ਟੈਲਾਂ ਅੱਗੇ ਵੀ ਲੱਗੀਆਂ, ਸੜਕਾਂ ਅੱਗੇ ਬਣੀਆਂ ਨੇ, ਨਵੀਆਂ ਲਾਤੀਆਂ ਨੇ, ਇਹ ਮਿਲਿਆ ਜੇ ਕੰਮ ਗਿਆ ਜੇ 46.50% ਰਸਤੇ ਅੱਗੇ ਦੇ ਪੁਰਾਣੇ ਇੰਟਰਲੋਕਿੰਗ ਕੰਮ ਕੱਢੋ ਪਿਛਲੇ ਦੋ ਤਿੰਨਾਂ ਸਾਲਾਂ ਦੇ, ਕੋਈ 10%, ਕੋਈ 20%, ਕੋਈ 30%, ਵੱਧੋ ਵੱਧ 30 ਅਤੇ 25-30 ਤਾਂ ਗਿਆ ਇਹ 46। ਅਸੀਂ ਤਾਂ ਇਹ ਵੀ ਸਕੀਮ ਸਟੋਰੀ ਕੀਤੀ ਸੀ, ਉਹੋ ਹੀ ਬੰਦਾ ਉਹੋ ਹੀ ਕੰਮ 1.5% ਲੈਸ ਤੇ ਕਰਨ ਡਿਆ, ਉਹ ਹੀ ਚੀਜ਼ ਦੇ ਕਰ, ਉਹ ਹੀ 30% ਲੈਸ ਤੇ ਕਰਨ ਡਿਆ। ਇਹਦਾ ਮਤਲਬ ਵੀ ਇਹਨਾਂ ਅੱਗੇ ਪੋਲ ਹੁੰਦਾ ਸੀ ਨਾ, ਇਹ ਤੁਹਾਡਾ ਭੰਡਾਰੀ ਸਾਹਿਬ D4 ਚੈਨਲ ਵਧਾਈ ਦਾ ਪਾਤਰ ਆ ਵੀ ਪੋਲਿੰਗ ਸਿਸਟਮ ਕਰਕੇ ਬੰਦ ਹੋ ਗਿਆ। ਸਾਡੀ ਪੂਰੀ ਟੀਮ ਕਹੀ ਸੀ ਜਿਹਨਾਂ ਨੇ ਕੰਮ ਕੀਤਾ ਅਤੇ ਜਿਹਨਾਂ ਨੇ ਐਕਸਪਰਟਸ ਨਾਲ ਵੀ ਗੱਲ ਕੀਤੀ। ਮੈਂ ਕਿਹਾ ਜੀ ਤੁਸੀਂ ਦੱਸ ਰਹੇ ਹੋ, ਮੈਂ ਥੋੜ੍ਹਾ ਜਿਹਾ ਇਹ ਠੇਕੇਦਾਰਾਂ ਨੂੰ ਸਮਝਾਉਣਾ ਚਾਹੁੰਦਾ ਵੀ ਖੁਸ਼ ਨਾ ਹੋਏ ਬਹੁਤ। ਇਹ ਫਰਮ ਦਾ ਨਾਂ ਦੱਸ ਦਈਏ ਜੀ, ਗੋਕਲ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਲਿਮਿਟਡ ਨੂੰ ਮਿਲਿਆ 22,65,905 ਰੁਪਏ ਦਾ। ਹੁਣ ਦੱਸੋ ਜੀ ਇਹ ਖੁਸ਼ ਨਾ ਹੋਣ, ਕਿਉਂਕਿ SC ਸਾਹਿਬ ਜਿਹੜੇ ਨਾ ਉਹ ਕਹਿੰਦੇ ਵੀ ਮੈਂ ਆਪ ਬੜਾ ਹੈਰਾਨ ਹਾਂ ਵੀ ਇਹ 40% ਲੈਸ 'ਤੇ ਕੰਮ ਕਰਕੇ ਕਰਨਗੇ ਕੀ। ਰਕੇਸ਼ ਗਰਗ ਨੇ ਦੇਖੋ ਕਹਿੰਦੇ ਇਹਨਾਂ ਕੋਲ ਜਸਟੀਫਿਕੇਸ਼ਨ ਮੰਗੀ ਜਾਊਗੀ। ਮੈਂ ਕਹਿੰਦਾ ਉਹ ਜਾਦੂ ਦੀ ਛੜੀ ਵਿਖਾਉਣ ਨਾ ਜਾ ਕੇ ਉਹਨਾਂ ਕੋਲ ਵੀ ਆਹ ਸਾਡੇ ਕੋਲ ਛੜੀ ਹੈਗੀ ਜੇ, ਅਸੀਂ ਘੁਮਾਉਣੀ ਆ, ਸੜਕ ਬਣ ਜਾ ਬਣ ਗਈ, ਸੜਕ ਬਣ ਗਈ, ਟਾਈਲਾਂ ਲੱਗ ਜਾ ਲੱਗ ਗਈ, ਘਾਹ ਵੱਢਿਆ ਗਿਆ ਵੱਢਿਆ ਗਿਆ, ਹੁਣ ਘਾਹ ਕੀ ਕਰਨਾ ਇਹਨਾਂ ਨੇ, ਵੇਖੋ ਘਾਹ ਨੂੰ ਇੱਕ ਵਾਰੀ ਵੱਢਣਾ ਉਹ ਘਾਹ ਫਿਰ ਉੱਗ ਜਾਣਾ, ਕਹਿੰਦੇ ਅਸੀਂ ਕਰੀਏ ਵੱਢਿਆ ਗਿਆ ਘਾਹ ਫਿਰ ਉੱਡ ਜਾਣਾ, ਇਹਨਾਂ ਕਹੀ ਤਾਂ ਵੱਢਿਆ ਹੀ ਉੱਡ ਗਿਆ ਉਹ ਕਿਹਾ ਜੀ ਹੁਣ ਕੀ ਕਰੀਏ ਫਿਰ ਦੁਬਾਰਾ ਵੱਢ ਦਿੰਦੇ ਹਾਂ, ਜੇ ਕੋਈ ਵੇਖੂਗਾ ਤਾਂ ਵੱਢ ਦਿਆਂ, ਨਹੀਂ ਤਾਂ ਉਹ MBAਂ ਵੇਖੋ ਜੀ ਇਹਨਾਂ ਦੇ ਠੇਕੇਦਾਰਾਂ ਦੇ ਘਰਾਂ 'ਚ ਬਹਿ ਕੇ ਭਰੀਆਂ ਜਾਂਦੀਆਂ, ਸਾਰੇ ਜੱਗ ਜ਼ਾਹਿਰ ਹੈਗੀਆਂ। ਬਿਜ਼ਨਸ ਇਨਕੁਆਇਰੀ ਕਰਾ ਦੇ, MBAਂ ਦੀ JEE ਦੀ ਲਿਖਾਈ ਮਿਲਦੀ ਆ, MBA ਲਿਖਣ ਵਾਸਤੇ ਬੰਦੇ ਰੱਖੇ ਗਏ ਆ, ਚੰਡੀਗੜ੍ਹ ਸਪੈਸ਼ਲ ਬੰਦੇ ਆਉਂਦੇ ਆ, MBAਂ ਲਿਖ ਲਏ, ਭਰ ਕੇ ਕੰਮ ਹੁੰਦਾ ਨਹੀਂ, ਬਿੱਲ ਪਾਈ ਜਾਂਦੇ ਆ, ਪਾਈ ਜਾਂਦੇ ਆ, ਪਾਈ ਜਾਂਦੇ ਆ। ਫਿਰ ਹੈਗਾ ਜੀ ਇੰਟਰਲੋਕਿੰਗ ਟਾਈਲ ਜੱਟ ਈ ਬਲੋਕ ਪਾਰਕਿੰਗ ਏਰੀਆ ਆਪੋਜਿਟ ਚਿਮਨਿਆ ਮੰਦਰ, ਅਤੇ ਇਹ ਮਿਲ ਗਿਆ ਜੇ ਕੰਮ 43.30% ਲੈਸ 'ਤੇ ਜੀ, ਘਨੂਪੁਰ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੋਸਾਇਟੀ ਲਿਮਿਟਡ ਨੂੰ ਕੰਮ ਹੈਗਾ ਜੀ 37,54,000 ਦਾ, ਮਿਲਿਆ ਜੇ 22,03,598 ਰੁਪਏ ਦੇ ਵਿੱਚ ਜੀ 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 ਜੀ। ਵੇਖੋ ਨਾ ਇਹ ਕੋਈ ਜਾਦੂ ਦੀ ਛੜੀ ਆ, ਕਿੱਥੇ 37 ਲੱਖ, ਜਿਹਦਾ ਮਤਲਬ ਅਫਸਰ ਨੇ ਇੰਨਾ ਫਰਕ ਕਿਉਂ ਰੱਖਿਆ ਸੀ, ਜੇ 10% ਲੈਸ 'ਤੇ ਜਾਂਦਾ ਤਾਂ ਸਰਕਾਰ ਨੂੰ ਕਿੰਨਾ ਨੁਕਸਾਨ ਹੋਣਾ ਸੀ। ਵੇਖੋ ਜੀ ਠੇਕੇਦਾਰਾਂ ਨੇ ਸਰਕਾਰ ਦਾ ਸੋਚਿਆ ਜੇ, ਇੱਥੋਂ ਪਤਾ ਲੱਗਦਾ ਬਦਲਾਅ ਵਾਲੀ ਸਰਕਾਰ ਆ, ਅਤੇ ਠੇਕੇਦਾਰਾਂ ਦੀ ਸੋਚ ਬਦਲ ਗਈ, ਅਫਸਰਾਂ ਦੀ ਨਹੀਂ ਬਦਲ ਗਈ, ਉਹਨਾਂ ਦੇ ਰੇਟ ਆਪਣੇ ਉਹੀ ਰਹਤੇ ਆ, ਅਤੇ ਠੇਕੇਦਾਰਾਂ ਨੇ ਸਰਕਾਰ ਦਾ ਸੋਚਿਆ ਜੇ ਵੀ ਸਰਕਾਰ ਦਾ ਖਜ਼ਾਨਾ ਅੱਗੇ ਖਾਲੀ ਆ, ਹੁਣ ਲੋਨ ਚੁੱਕ ਚੁੱਕ ਵਿਚਾਰੇ ਦੇਣ ਡਿਆ, ਅਤੇ ਅਸੀਂ ਐਰਗੀ ਚੂਨਾ ਨਹੀਂ ਲਾਉਣਾ, ਨਹੀਂ ਨਹੀਂ ਚੂਨਾ ਲਾਉਣਾ ਨਹੀਂ, ਕੰਮ ਕਰਕੇ ਕੰਮ ਕਰਨਾ ਹੀ ਨਹੀਂ, ਵੀ ਚੂਨਾ ਨਹੀਂ ਲਾਉਣਾ ਕਿ ਸਾਰਾ ਚੂਨਾ ਹੀ ਹੈ, ਹੈਗਾ ਹੀ ਚੂਨਾ ਵਾ, ਉਹ ਅੱਗੇ ਜ਼ਿਆਦਾ ਲੱਗਣਾ ਯਾਰ ਕੀ ਘੱਟ ਲੱਗਣਾ। ਫਿਰ ਕਹਿੰਦੇ ਜੀ ਨੈਸ਼ਨਲ ਫਲੈਗ ਮਸਤ ਐਂਡ ਫਾਊਂਟਨ ਦੀ ਰਿਪੇਅਰ ਦਾ ਕੰਮ ਜਿਹੜਾ ਰਣਜੀਤ ਹੈ ਉਹਦੇ ਵਿੱਚ ਰੱਖ ਰਖਾਅ ਦਾ, ਇਹ ਦਿੱਤਾ ਜੇ ਭਾਰਤ ਇਲੈਕਟ੍ਰੀਕਲ ਨੂੰ ਜੀ ਜੀ। ਇਹ ਹੈਗਾ ਸੀ 59,66,000 ਦਾ, ਵੇਖੋ ਝੰਡੇ ਦੇ ਅਤੇ ਫੁਹਾਰਿਆਂ 'ਤੇ ਕਿੰਨਾ ਖਰਚਾ, ਲੋਕਾਂ ਨੂੰ ਰੋਟੀ ਖਾਣ ਨੂੰ ਨਹੀਂ, ਸੜਕਾਂ ਟੁੱਟੀਆਂ ਪਈਆਂ, ਜਿੱਥੇ ਬਣੀਆਂ ਉਹਨੂੰ ਬਣਾਈ ਜਾਂਦੇ ਆ ਜਾਂ ਉਹਨੂੰ ਰਿਪੀਟ ਕਰੀ ਜਾਂਦੇ ਆ, ਅਤੇ ਜਿੱਥੇ ਬਣਨ ਵਾਲੀਆਂ ਉਧਰ ਨੂੰ ਜਾਂਦੇ ਨਹੀਂ। ਕੇ ਜੀ ਮੈਂ ਚਾਹਾਂਗਾ ਤੁਸੀਂ ਇਹ ਨਾ ਦੇਖੋ ਇਹ ਡਿਟੇਲ, ਕਿਉਂਕਿ ਇਹਨੂੰ ਤੁਸੀਂ ਇੱਕ ਵਾਰੀ ਪੜ੍ਹ ਦਿਓ, ਲੋਕਾਂ ਨੂੰ ਪਤਾ ਲੱਗ ਜਾਵੇ ਵੀ ਕਿੰਨੇ ਕਿੰਨੇ ਲੈਸ ਦੇ ਉੱਤੇ ਇਹ ਕੰਮ ਸਾਡੇ ਮਹਾਸ਼ੇ ਜਿਹੜੇ ਨੇ ਉਹ ਕਰ ਰਹੇ ਨੇ, ਵੀ ਉਹਨਾਂ ਨੂੰ ਦੱਸ ਰਹੇ ਨੇ ਵੀ ਤੁਸੀਂ ਇੰਨਾ ਲੈਸ ਭਰੋ, ਇੰਨਾ ਕੰਮ ਕਰੋ, ਬਾਕੀ ਚੈੱਕ ਨਜ਼ਰ ਸਾਡੀ ਰਹੇਗੀ ਇਹਨਾਂ ਦੇ ਉੱਤੇ। ਨੈਸ਼ਨਲ ਫਲੈਗ ਦਾ ਹੈਗਾ ਜੀ 59,66,000 ਦਾ ਕੰਮ, ਇਹ ਮੈਂ 7.90% 'ਤੇ ਗਿਆ ਜੇ, ਸਭ ਤੋਂ ਘੱਟ ਮੇਰੇ ਖਿਆਲ ਵੀ ਗਿਆ 45,73,686 ਰੁਪਏ, ਉਹਨੂੰ ਜ਼ਿਆਦਾ ਵੀ ਝੰਡਾ ਉੱਚਾ ਬੜਾ ਪਾੜਿਆ ਦੇਖ ਪੈਣਾ, ਲਾਈਟਾਂ ਲੂਟਾਂ ਭਾਰੇ ਬੰਦ ਹੋਏ ਦੇਖ ਪੈਣੇ ਆ।
ਹੁਣ ਵੇਖੋ ਇਹਦੇ ਆ ਜੇ ਸਾਰੇ ਪੜ੍ਹਦੀਏ ਕੰਸਟਰਕਸ਼ਨ ਔਫ ਪਾਰਕਿੰਗ ਫੁੱਟਪਾਥ ਅਪੋਜਿਟ ਐਸ ਸੀ ਓ ਨੰਬਰ 1-24 ਟਰੱਕ ਸਟੈਂਡ ਸਕੀਮ ਅੰਮ੍ਰਿਤਸਰ 71 ਐਸਟੀਮੇਟਡ ਕੋਸਟ ਇਹਨੇ ਲਾਈ 71.71 ਅਤੇ ਲੈੱਸ ਗਈ ਜੇ 42.41 ਅਤੇ ਲੈੱਸ ਗਈ 40.86 ਅਤੇ ਟੈਂਡਡ ਕੋਸਟ ਆਈ 42.41 ਲੱਖ ਚੰਬਲ ਲੈਂਡ ਐਂਡ ਸੰਦ ਨੂੰ ਮਿਲ ਗਿਆ ਜੇ ਕੰਸਟਰਕਸ਼ਨ ਔਫ ਪਾਰਕਿੰਗ ਐਟ ਫੁੱਟਪਾਥ ਅਪੋਜਿਟ ਐਸ ਸੀ ਸੀ ਐੱਫ ਨੰਬਰ 35-38-39-45 35-38-39-45 ਐਸਟੀਮੇਟਡ ਕੋਸਟ ਹੈਗੀ 43.63.17 ਅਤੇ ਲੈੱਸ ਗਈ 40.86 ਜਿਹੜਾ ਤੁਹਾਨੂੰ ਮੈਂ ਕਿਹਾ ਸੀ ਮਹਾਂਪੁਰਸ਼ 40.86 ਭਰੇ ਉਹਨਾਂ ਨੇ ਜੁੱਤੀ ਕੋ ਅਤੇ 37.36 ਲੱਖ 'ਚ ਇੰਨਾ ਕਿਹਾ ਮੈਂ ਕਰ ਦੂੰਗਾ ਜੀ ਕੰਮ ਸਾਰਾ ਅਤੇ ਜਿਹੜਾ ਕੰਸਟਰਕਸ਼ਨ ਔਫ ਫੁੱਟਪਾਥ ਐਂਡ ਵਾਈਡਨਿੰਗ ਔਫ ਮੇਨ 80-ਫੁੱਟ ਰੋਡ ਜੀ ਟੀ ਰੋਡ ਟੂ ਚਮਰੰਗ ਰੋਡ ਟਰੱਕ ਸਟੈਂਡ ਸਕੀਮ 'ਚ 67.53 ਲੱਖ ਇਹਦੀ ਐਸਟੀਮੇਟਡ ਕੋਸਟ ਸੀ ਇਹ ਵੀ 40.86 ਲੈੱਸ 39.94 ਲੱਖ ਜਿਹਨਾਂ ਨੂੰ ਮਿਲ ਗਿਆ ਚੰਬਲ ਲੈਂਡ ਐਂਡ ਸੰਦ ਨੂੰ ਕੰਸਟਰਕਸ਼ਨ ਔਫ ਪਾਰਕਿੰਗ ਨੀਅਰ ਐਸ ਸੀ ਐੱਫ ਨੰਬਰ 99 ਟਰੱਕ ਸਟੈਂਡ ਸਕੀਮ 61.41 ਲੱਖ ਦੀ ਐਸਟੀਮੇਟਡ ਕੋਸਟ ਸੀ ਅਤੇ ਇਹ 40.86 ਲੈੱਸ ਚੰਬਲ ਆਈਲੈਂਡ ਸੰਦ ਨੂੰ ਆਪਾਂ ਮੇਨ ਮੋਟਾ ਮੋਟਾ ਦੱਸਦੇ ਹਾਂ ਵੀ ਇੱਕ ਫਰਮ ਇੱਦਾਂ ਦੀ ਵੀ ਹੈਗੀ ਆ ਜਿਹਨੇ 56.20 ਲੈੱਸ ਭਰੀ ਆ ਕਲੀਨਰਸ ਔਫ ਕਾਂਗਰਸ ਗਰਾਸ ਕਲੀਨਿੰਗ ਔਫ ਟਰੱਸਟ ਪਲਾਟਸ ਐਟ ਰਣਜੀਤ ਐਵਨਿਊ ਬਲੋਕ ਸੀ ਡੀ ਐਂਡ ਈ ਫਾਰ 1 ਈਅਰ ਇਹ ਸ਼ਹਾਬਾਪੁਰ ਕੋਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਲਿਮਿਟਡ ਹੈਗੀ ਆ ਇਹਨਾਂ ਨੇ ਵੇਖੋ ਇਹ 56.20% ਭਰੀ ਆ ਜ਼ਿਆਦਾ ਸੋਚ ਲਿਆ ਸਰਕਾਰ ਦਾ ਬਹੁਤ ਜ਼ਿਆਦਾ ਸੋਚ ਲਿਆ ਜੀ ਕਿ ਜੀ ਮੈਂ ਨਾ ਵੇਖੋ ਵੱਧੋ ਵੱਧ ਇਹ ਹੈਗੀ ਆ ਜੀ ਜਿਹੜੀ ਹੈਗੀ ਆ ਘੱਟੋ ਘੱਟ ਹੈਗੀ 10.95 ਮੈਂ ਕਿਹਾ ਜੀ ਸਾਬਕਾ ਚੇਅਰਮੈਨ ਨੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਯਾਰ ਇਸ ਤਰ੍ਹਾਂ ਕਿਸ ਤਰ੍ਹਾਂ ਹਾਂ ਜੀ ਹਾਂ ਇੱਕ ਹੋਰ ਹੈਗੀ ਜੇ ਘੱਟ ਜੀ ਉਹ ਵੀ ਘਾਹ ਘਟਣ ਦਾ ਕੰਮ ਹੈਗਾ ਜੇ ਉਹਨੇ ਉਹਨਾਂ 41.79 ਭਰੀ ਠੀਕ ਹੈ ਚਲੋ ਕਿ ਜੀ ਉਹ ਕਹਿੰਦੇ ਆ ਵੀ ਦੇਖੋ ਹਰ ਸਾਲ ਹੀ ਕਹਿੰਦੇ ਕੰਮ ਚੱਲਦਾ ਉਹ ਕਹਿੰਦੇ ਵੀ ਕਿਹੜੀ ਸੜਕ ਪਿਛਲੇ ਸਾਲ ਬਣੀ ਜਾਂ ਕਿੱਥੇ ਟਾਇਲਾਂ ਪਿਛਲੇ ਸਾਲ ਬਣੀਆਂ ਇਹਦਾ ਕੋਈ ਰਿਕਾਰਡ ਹੀ ਨਹੀਂ ਹੈ ਬਿਲਕੁਲ ਜੇ ਰਿਕਾਰਡ ਹੈਗਾ ਵੀ ਆ ਤਾਂ ਕਹਿੰਦੇ ਕਦੀ ਜਾਂਚ ਹੀ ਨਹੀਂ ਕੀਤੀ ਜਾਂਦੀ ਹੁਣ 5 ਸਾਲ ਪਹਿਲੇ ਕੀ ਹੋਇਆ ਅੱਜ ਤੱਕ ਕਹੇ ਜੀ ਅਰਬਾਂ ਰੁਪਏ ਜਿਹੜੇ ਖਰਚ ਕੀਤੇ ਹੋਣੇ ਡਿਵੈਲਪਮੈਂਟ ਦੇ ਕੰਮਾਂ 'ਤੇ ਅਤੇ ਡਿਵੈਲਪਮੈਂਟ ਜਿਵੇਂ ਤੁਸੀਂ ਦੱਸਦੇ ਹੋ ਵੀ ਸੜਕਾਂ ਟੁੱਟੀਆਂ ਪਈਆਂ ਆ ਸਾਡੇ ਇੱਥੇ 22 ਨੰਬਰ ਫਾਟਕ ਨੂੰ ਜਾਂਦੇ ਕਿ ਜੀ ਰਾਹ 'ਚ ਟੋਟਾ ਜਿਹਾ ਆਉਂਦਾ ਪੰਪ ਦੇ ਸਾਹਮਣੇ ਉਹ ਕਈ ਵਾਰੀ ਕਹਿ ਚੁੱਕੇ ਇਹਨਾਂ ਨੂੰ ਉੱਧਰ ਧਿਆਨ ਨਹੀਂ ਵੀ ਉਹ ਟੋਟਾ ਵੀ ਠੀਕ ਕਰਦੇ ਟੋਟੇ 'ਚ ਬਚਣਾ ਕੀ ਆ ਜਦ ਸੜਕ ਦਾ ਐਸਟੀਮੇਟ ਬਾਂਧ ਤੇ ਟੋਟਾ ਬਣਾ ਦੇਣ ਤੀ ਵੀ ਖੁਸ਼ ਅਤੇ ਉਹ ਵੀ ਖੁਸ਼ ਟੋਟੇ 'ਚੋਂ ਕੀ ਬਚੂ ਇਹਨਾਂ ਨੂੰ ਚਲੋ ਭੰਡਾਰੀ ਸਾਹਿਬ ਕਿਹੜੀਆਂ ਭੋਲੀਆਂ ਗੱਲਾਂ ਕਰਨ ਡੇ ਟੋਟਿਆਂ ਟਾਟਿਆਂ ਦਾ ਕੰਮ ਨਹੀਂ ਕਰਦੇ ਉਹ ਆਪਣਾ ਉਹ ਚਲੋ ਗੱਲ ਹੈਗੀ ਰਕੇਸ਼ ਜੀ ਹੁਣ ਸਵਾਲ ਇਹ ਖੜ੍ਹੇ ਹੁੰਦੇ ਵੀ ਸਾਡਾ ਕੰਮ ਹੈ ਲੋਕਾਂ ਨੂੰ ਦੱਸਣਾ ਅਸੀਂ ਜਨਤਾ ਦੀ ਕਚਹਿਰੀ 'ਚ ਸਾਰੀਆਂ ਚੀਜ਼ਾਂ ਰੱਖਦੀਆਂ ਹੁਣ ਮੈਂ ਚਾਹੁੰਦਾ ਮੈਂ ਗੱਲ ਕੀਤੀ ਐਸ ਸੀ ਸਾਹਿਬ ਨਾਲ ਇਸ ਨੂੰ ਲੈ ਕੇ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਕਿ ਐਸ ਸੀ ਸਾਹਿਬ ਜਿਹੜੇ ਰਕੇਸ਼ ਗਰਗ ਨੇ ਉਹਨਾਂ ਦੀ ਗੱਲਬਾਤ ਜਿਹੜੀ ਸਾਡੇ ਨਾਲ ਹੋਈ ਹੈ ਉਹ ਤੁਸੀਂ ਜ਼ਰੂਰ ਸੁਣਾਓ ਅੱਛਾ ਨਮਸਕਾਰ ਨਮਸਕਾਰ ਬਨਰਜ ਅੱਛਾ ਸਰ ਮੈਂ ਸਿਰਫ ਇੰਨਾ ਜਾਣਨਾ ਚਾਹ ਰਿਹਾ ਸੀ ਦੇਖੋ ਕੱਲ੍ਹ ਟੈਂਡਰ ਖੁੱਲ੍ਹੇ ਆ ਜੀ 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 ਟੈਂਡਰ 40% ਲੈੱਸ 42% ਲੈੱਸ ਮਤਲਬ ਸਰ 100 ਦੀ ਚੀਜ਼ ਪਹਿਲੇ ਹੀ ਅਸੀਂ 41% ਲੈੱਸ ਉਹਦੇ ਉੱਪਰ ਹੋਰ ਵੀ ਖਰਚੇ ਪੈਂਦੇ ਹੈ ਇਹ ਕੰਮ ਕਰਨਗੇ ਜਾਂ ਕਿਸ ਤਰ੍ਹਾਂ ਚੈਕਿੰਗ ਕੌਣ ਕਰੇਗਾ ਇਹਦਾ ਐਸਟੀਮੇਟ ਕਿਸ ਤਰ੍ਹਾਂ ਬਣਦੇ ਆ ਇਹਨੂੰ ਲੈ ਕੇ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਚੈਕਿੰਗ ਕਰਾਂਗੇ ਆਪਣਾ ਬਨਰਜ ਚੈਕਿੰਗ ਦੇਖੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਹਾਂ ਅਸੀਂ ਚੈਕਿੰਗ ਕਰਾਂਗੇ ਬਿਲਕੁਲ ਕਰਾਂਗੇ ਤੇ ਇਹ ਹੁਣ ਦੇਖੋ ਜਿਹਨਾਂ ਨੇ ਰੇਟ ਪਾਏ ਨੇ ਉਹਨਾਂ ਤੋਂ ਅਸੀਂ ਜਸਟੀਫਿਕੇਸ਼ਨ ਲਵਾਂਗੇ ਹਾਂ ਠੀਕ ਹੈ ਤੇ ਜਿਹੜੀ ਗਵਰਨਮੈਂਟ ਦੇ ਉਸਦੇ ਮੁਤਾਬਕ ਜਿਹੜੀ ਇੰਸਟਰਕਸ਼ਨਸ ਦੇ ਅਕੋਰਡਿੰਗਲੀ ਜਿਹੜੇ ਉਹਨਾਂ ਤੋਂ ਅਸੀਂ ਬੈਂਕ ਗਰੰਟੀ ਲੈਣੀ ਹੈ ਕਿ ਵੀ ਜਦੋਂ ਬਿਓਂਡ 25% ਤੋਂ ਬਿਓਂਡ ਕੋਈ ਅਗਰ
ਆਪਣਾ ਸਾਨੂੰ ਲੈਸ ਰੇਟ ਦਿੰਦਾ ਹੈਗਾ ਤਾਂ ਅਸੀਂ ਉਹਨਾਂ ਤੋਂ ਲੈਣਾ ਹੁੰਦਾ ਬੈਂਕ ਗਰੰਟੀ, ਉਹ ਵੀ ਲਵਾਂਗੇ। ਫਿਰ ਉਸ ਤੋਂ ਬਾਅਦ ਸੁਪਰਵੀਜ਼ਨ ਜਿਹੜੀ ਹੈਗੀ ਹੈ, ਸੁਪਰਵੀਜ਼ਨ ਦੇ ਦੇਖੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਜੇ ਅਸੀਂ ਸੁਪਰਵੀਜ਼ਨ ਚ ਲੈਕ ਕਰਾਂਗੇ ਤਾਂ ਅਫਕੋਰਸ ਮਤਲਬ ਮੈਂ ਤਾਂ ਇਹੀ ਸੁਣੂਗਾ ਕਿ ਸਾਡੀ ਨਲੇਕੀ ਹੋਏਗੀ, ਫਿਰ ਅਸੀਂ ਏਦਾਂ ਨਹੀਂ ਹੋਣ ਦੇ, ਐਟਲੀਸਟ ਨਹੀਂ ਹੋਣ ਦੇਵਾਂਗਾ ਮੈਂ ਜੀ। ਹਾਂ, ਇਹ ਚੀਜ਼ ਕਹਿ ਸਕਦਾ ਜੀ। ਅੱਛਾ ਸਰ, ਮਤਲਬ ਦੇਖੋ ਨਾ ਜੀ, ਕੁਛ ਇਹ ਵੀ ਰੌਲਾ ਪੈਂਦਾ ਵੀ ਕੰਮ ਪਹਿਲੇ ਪੁਰਾਣੇ ਹੋਏ ਹੁੰਦੇ ਨੇ ਜਾਂ ਕੰਮ ਹੁੰਦੇ ਹੀ ਨਹੀਂ, ਬਿੱਲ ਬਣ ਜਾਂਦੇ ਨੇ ਜੀ। ਉਹ ਚੀਜ਼ ਮਤਲਬ ਯੂ ਹੈਵ ਟੂ ਵੇਟ ਫਾਰ ਸਮ ਟਾਈਮ, ਵੀ ਆਰ ਹਾਂਜੀ ਕੋਲੇ ਕੱਲ ਤੇ ਫਿਰ ਪਰਸ ਅਸੀਂ ਹੁਣ ਜਸਟੀਫਿਕੇਸ਼ਨ ਲੈਣ ਵਾਲੇ ਪਾਸੇ ਇਹਨਾਂ ਨੂੰ ਲੈਟਰ ਵਗੈਰਾ ਲਿਖ ਕੇ ਆਪਣਾ ਫਿਰ ਇਹਨੂੰ ਜਸਟੀਫਿਕੇਸ਼ਨ ਲਵਾਂਗੇ। ਇਹ ਸਾਰੀਆਂ ਚੀਜ਼ਾਂ ਨਾ ਇਨ ਪ੍ਰੋਸੈਸ ਆਣਗੀਆਂ, ਜਦੋਂ ਸਾਰੀਆਂ ਚੀਜ਼ਾਂ ਇਨ ਪ੍ਰੋਸੈਸ ਆਣਗੀਆਂ ਯੂ ਵਿਲ ਫੀਲ ਕਿ ਵੀ ਚੀਜ਼ਾਂ ਸਾਰੀਆਂ ਇਨ ਆਰਡਰ ਹੀ ਕਰ ਰਹੇ ਹਾਂ। ਸਰ, ਕੰਮ ਕਰਨ ਤੋਂ ਪਹਿਲੇ ਜਸਟੀਫਿਕੇਸ਼ਨ ਲਾਓਗੇ ਜਾਂ ਕੰਮ ਕਰਨ ਤੋਂ ਬਾਅਦ ਚੈੱਕ ਕਰੋਗੇ? ਨਹੀਂ ਨਹੀਂ ਕੰਮ ਕਰਨ ਤੋਂ ਪਹਿਲਾਂ ਜਸਟੀਫਿਕੇਸ਼ਨ ਲਵਾਂਗੇ ਜੀ। ਤੁਸੀਂ ਇੰਨੀ ਲੈਸ ਕਿੱਦਾਂ ਭਰੀ ਹੈ? ਯੈਸ ਜੀ ਓਕੇ, ਪਹਿਲਾਂ ਲਵਾਂਗੇ ਜੀ। ਓਕੇ, ਅੱਛਾ ਤੇ ਸਰ ਹੋਰ ਦੱਸੋ ਸਰ, ਇੱਕ ਜਿਹੜਾ ਇਹ ਵੀ ਫਿਰ ਸਵਾਲ ਉੱਠਦੇ ਨੇ, ਜਿਹੜੇ ਲੋਕ ਤੁਹਾਡੇ ਜਿਹੜੇ ਅਫਸਰ ਐਸਟੀਮੇਟ ਬਣਾਉਂਦੇ ਨੇ, ਮਤਲਬ ਉਹਨੇ ਉਹ ਇਹ ਵੀ ਲੱਗਦੇ ਨੇ ਜੀ ਵੀ ਕੰਮ ਉਹ 100 ਰੁਪਏ ਦਾ ਹੁੰਦਾ, ਉਹ ਪਹਿਲੇ 1000 ਰੁਪਏ ਦਾ ਬਣਾ ਦਿੰਦੇ ਨੇ, ਇਸ ਕਰਕੇ ਜਿਹੜਾ ਇਹ ਜਿਹੜੇ ਠੇਕੇਦਾਰ ਲੈਸ ਜ਼ਿਆਦਾ ਭਰ ਦਿੰਦੇ? ਨਹੀਂ, ਇਹ ਸਾਰੇ ਟਰੱਸਟ ਦੀ ਸਕੀਮਾਂ ਦੇ ਕੰਮ ਨੇ ਜੀ ਮੈਰੀ ਸਾਹਿਬ, ਜਿਹੜੇ ਇਹ ਹੈਗੇ ਨੇ, ਜਿਹੜੇ ਇਹ ਵਾਲੇ ਪਰਟੀਕੁਲਰ ਇਹ ਟੈਂਡਰ ਦੀ ਮੈਂ ਗੱਲ ਕਰਦਾ। ਜੀ ਇਹ ਸਾਰੇ ਟਰੱਸਟ ਦੀ ਸਕੀਮਾਂ ਨੇ। ਟਰੱਸਟ ਦੀ ਸਕੀਮਾਂ ਦੇ ਵਿੱਚ ਦੇਖੋ ਏਰੀਆ ਡਿਮਾਰਕੇਟਡ ਤੇ ਕਲੀਅਰ ਹੁੰਦਾ ਜੀ ਵੀ ਆਹ ਵਾਲੀ ਰੋਡ ਹੈ, ਉਹ ਰੋਡ ਦੀ ਵਿਡਥ, ਲੈਂਥ, ਡੈਪਥ, ਕੱਲੀ ਕੱਲੀ ਚੀਜ਼ ਉਹ ਰੀਲੇਇੰਗ ਹੋਣੀ ਹੈ ਨਹੀਂ ਹੋਣੀ ਹੈ ਜੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਹਦੇ 'ਚ ਕੋਈ ਕਿਸੇ ਕਿਸਮ ਦਾ ਉਹ ਨਹੀਂ ਹੁੰਦਾ, ਉਹਦੇ 'ਚ ਕਾਰਪੋਰੇਸ਼ਨ ਦੇ ਏਰੀਏ ਦੀ ਕੋਈ ਦਖਲਅੰਦਾਜ਼ੀ ਨਹੀਂ ਜਾਂ ਕੋਈ ਡਾਊਟ ਜਾਂ ਕਿਸੇ ਕਿਸਮ ਦੀ ਕੋਈ ਕਲੈਰੀਫਿਕੇਸ਼ਨ ਕੋਈ ਉਹ ਮਸਲਾ ਨਹੀਂ ਹੁੰਦਾ। ਉਹ ਅਸੀਂ ਆਫਿਸ 'ਚ ਬੈਠ ਕੇ ਵੀ ਉਹਦੀ ਲੈਂਥ ਬ੍ਰੈਡਥ ਰਿਕਾਰਡ 'ਤੇ ਸਾਨੂੰ ਦਿਖ ਜਾਂਦੀ ਹੈ, ਮੌਕੇ 'ਤੇ ਅਸੀਂ ਜਾ ਕੇ ਦੇਖ ਸਕਦੇ ਹਾਂ ਜੀ। ਉਹ ਚੀਜ਼ਾਂ ਵੀ ਇਨਸ਼ੋਰ ਕਰਾਂਗੇ ਜੀ, ਉਹ ਚੀਜ਼ਾਂ ਵੀ ਧਿਆਨ 'ਚ, ਉਹ ਚੀਜ਼ ਧਿਆਨ 'ਚ ਹੈ ਜੀ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ ਨਾ ਜੀ, ਇਹ ਚੀਜ਼ ਵੀ ਧਿਆਨ 'ਚ ਹੈਗੀ। ਇਹੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਕਿ ਵੀ ਇਨ ਦਾ ਡਿਊ ਕੋਰਸ ਨਾ ਆਉਂਦੇ 10-15 ਦਿਨਾਂ ਦੇ ਵਿੱਚ ਯੂ ਵਿਲ ਫੀਲ ਜੀ ਕਿ ਵੀ ਹਾਂ ਯਾਰ ਵੀ ਠੀਕ ਐਫਰਟ ਹੋ ਰਹੇ ਹੈ। ਚਲੋ 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 ਠੀਕ ਹੈ। ਹੋਪ ਕਿ ਸਰ ਇਹ ਵੀ ਸਾਨੂੰ ਪਤਾ ਲੱਗਿਆ ਵੀ ਜਿਹੜੀਆਂ ਟਾਈਲਾਂ ਲਾ ਦਿੰਦੇ ਥੱਲੇ ਉਹਦੇ 'ਤੇ ਮਟੀਰੀਅਲ ਹੀ ਨਹੀਂ ਪਾਉਂਦੇ, ਸਿਰਫ ਉੱਪਰੋਂ ਲੀਪਾ ਪੁੱਛੀ ਕਰ ਦਿੰਦੇ ਆ ਵੀ ਟਾਈਲਾਂ ਲੱਗੀਆਂ ਜੀ, ਉੱਪਰ ਪੱਟ ਕੇ ਦੇਖ ਲਾਂਗੇ। ਭੰਡਾਰੀ ਸਾਹਿਬ ਆਂਦੇ ਵੀ ਇਹਨਾਂ ਨੂੰ ਠੇਕੇਦਾਰ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਕਿੱਥੇ ਕਿੱਥੇ ਕੰਮ ਹੋਏ ਆ, ਕਿੱਥੇ ਨਹੀਂ ਹੁੰਦੇ ਕੰਮ। ਏਦਾਂ ਹੁੰਦੇ ਵੀ ਕਈ ਕੰਮ ਏਦਾਂ ਆਵੇ, ਇਹ ਟਰੱਸਟ ਵਾਲੇ ਇਹ ਨਹੀਂ ਕਰਦੇ ਵੀ ਆਪਣੇ ਟਰੱਸਟ ਦੇ ਏਰੀਆ ਜਿਸ ਨੂੰ ਡਿਵੈਲਪਮੈਂਟ ਕਰਾਉਣ, ਇਹ ਕਾਰਪੋਰੇਸ਼ਨ ਦੇ ਏਰੀਆ ਕਰਾਉਂਦੇ, ਸਾਨੂੰ ਪੋਲੀਟੀਕਲ ਲੀਡਰ ਕਹਿੰਦੇ ਆ, ਉਹ ਵੀ ਕਰਾ ਦਿੰਦੇ ਆ। ਉਹ ਕੰਮ ਕਾਰਪੋਰੇਸ਼ਨ ਨੇ ਪਾਏ ਹੁੰਦੇ, ਉਹ ਕੰਮ ਇਹਨਾਂ ਨੇ ਪਾਏ ਹੁੰਦੇ, 6 ਮਹੀਨੇ ਪਹਿਲਾਂ ਇਹਨਾਂ ਨੇ ਬਣਾਈ ਹੁੰਦੀ, 6 ਮਹੀਨੇ ਬਾਅਦ ਕਾਰਪੋਰੇਸ਼ਨ ਵਾਲੇ ਆ ਜਾਂਦੇ ਆ ਜੀ। ਐਕੀ ਜਿਹੜੇ ਜਿੰਨੇ ਵੀ ਟੈਂਡਰ ਹੈ ਨਾ ਜੀ, ਕਿਉਂਕਿ ਕੇਸ ਗਰਗ ਅਸੀਂ ਜਿਹੜੇ ਨੇ ਉਹ ਕਹਿੰਦੇ ਵੀ ਸਿਰਫ ਤੇ ਸਿਰਫ ਟਰੱਸਟ ਦੀਆਂ ਸਕੀਮਾਂ, ਇਸ ਕਰਕੇ ਕਹਿੰਦੇ ਵੀ ਸਾਨੂੰ ਇਹਦਾ ਪਤਾ ਲੱਗ ਜਾਣਾ, ਇਹਨਾਂ ਕੋਲੋਂ ਬੈਂਕ ਗਰੰਟੀਆਂ ਵੀ ਲਈਆਂ ਜਾਣਗੀਆਂ। ਖੈਰ ਕੀ ਹੈ ਨਾ, ਅੱਗੇ ਕੀ ਲਿਆ, ਅੱਗੇ ਦੀ ਸੁਸਾਇਟੀਆਂ ਦੇ ਸਾਰੀਆਂ ਜਿਹੜੀਆਂ ਰੂਲ ਹੀ ਨਹੀਂ ਫਾਲੋ ਕਰਦੀਆਂ, ਆ ਬਹੁਤ ਸਾਰੀਆਂ ਸੁਸਾਇਟੀਆਂ ਜ਼ਿਆਦਾਤਰ ਰੂਲ ਹੀ ਨਹੀਂ ਫਾਲੋ ਕਰਦੀਆਂ, ਇਹਨਾਂ ਸੁਸਾਇਟੀਆਂ ਨੋਰਮ ਫਾਲੋ ਨਹੀਂ ਕਰਦੀਆਂ ਤੇ ਕਿੱਦਾਂ ਰਜਿਸਟਰਡ ਕਰਤੀਆਂ, ਕੋਈ ESI ਨਹੀਂ ਕਟਾਉਂਦਾ, ਕੋਈ ਪ੍ਰੋਵੀਡੈਂਟ ਫੰਡ ਨਹੀਂ ਕਟਾਉਂਦਾ, ਇਹ ਕਿੱਥੋਂ ਕਿੱਥੋਂ ਇਹਨਾਂ ਨੇ ਬਣਾਤੀਆਂ ਸੁਸਾਇਟੀਆਂ, ਕੋਈ ਤਜਰਬਾ ਨਹੀਂ ਪੂਰਾ ਕਰਦਾ, ਸਿੱਧਾ ਹੀ ਸੀਟ ਚੁੱਕਿਆ ਏਜ ਲੈਣ ਦਾ ਉਹਨੂੰ। ਹੁਣ ਇਹ ਵੀ ਦੱਸਦੇ ਵੀ ਇਹ ਕੰਮ ਵੀ ਸਮੇਂ ਸਿਰ ਪੂਰੇ ਨਹੀਂ ਕਰਦੇ। ਹੁਣ ਤੁਸੀਂ ਵੇਖੋ ਵੀ 2020-21 ਦੇ ਕਿੰਨੇ ਪ੍ਰੋਜੈਕਟ ਜਿਹੜੇ ਅੱਧੇ ਅਧੂਰੇ ਚੱਲਣ ਡੇ ਆ ਜੀ। ਜਿੱਦਾਂ ਮੈਂ ਐਗਜ਼ਾਮਪਲ ਦੇਣਾ, ਜਿੱਦਾਂ ਰਾਮ ਤਲਾਈ ਮੰਦਰ ਦੀ ਡਿਵੈਲਪਮੈਂਟ ਦਾ ਕੰਮ ਸੀ ਜੀ, ਵੱਲਾ ਸਟੇਡੀਅਮ ਦਾ ਕੰਮ ਸੀ,
ਨਿਊ ਅੰਮ੍ਰਿਤਸਰ ਵਿੱਚ ਇੱਕ ਕਮਿਊਨਿਟੀ ਹਾਲ ਕਮਿਊਨਿਟੀ ਸੈਂਟਰ ਬਣਨਾ ਸੀ, ਉਹਦਾ ਕੰਮ ਸੀ, ਉਹ ਵੀ ਇੱਦਾਂ ਅਧੂਰਾ। ਆਂਦੇ ਵੀ ਜ਼ਿਆਦਾਤਰ ਡੇਗੇ ਜ਼ਿਆਦਾਤਰ ਪੈਸੇ ਲੈ ਗਏ ਆ ਅਤੇ ਕੰਮ ਅਜੇ 20 ਦੇ ਅਧੂਰੇ ਪਏ ਆ। ਆਂਦੇ ਰੂਲਾਂ ਮੁਤਾਬਕ ਇਹ ਹੈ ਵੀ ਜਿਹੜਾ ਕੰਮ ਸਮੇਂ ਸਿਰ ਜੇ 6 ਮਹੀਨੇ ਜਾਂ 8 ਮਹੀਨੇ ਨਹੀਂ ਕਰਦਾ, ਉਹਦੀ ਜਿਹੜੀ ਰਕਮ ਫੋਰਫੀਟ ਕਰਨੀ ਹੁੰਦੀ, ਜਿਹੜੀ ਪੇਮੈਂਟ ਦਿੱਤੀ ਉਹ ਵੀ ਸਰਕਾਰ ਨੇ ਜ਼ਬਤ ਕਰਨੀ ਹੁੰਦੀ ਆ। ਅਤੇ ਇੱਥੇ ਤਾਂ ਪੁੱਛਦਾ ਕੋਈ ਨਹੀਂ ਵੀ ਕਿੱਥੇ ਇਹ ਤਾਂ ਵੇਖੋ ਦੁਬਾਰਾ ਟੈਂਡਰ ਨਿਕਲ ਜਾਣੇ ਆ। 4 ਸਾਲ ਪੁਰਾਣੀ ਗੱਲ ਭੁੱਲ ਗਏ ਨਾ। ਹੁਣ ਤੁਸੀਂ ਇਹ ਵੇਖੋ ਵੀ ਟਾਈਲਾਂ ਹੈਗੀਆਂ, ਉਹਦੇ ਥੱਲੇ ਜਿਹੜੀ ਸਪੈਸੀਫਿਕੇਸ਼ਨ ਦਿੱਤੀ ਵੀ 60 ਐਮ ਜਾਂ 80 ਐਮ, ਕੀ ਉਹਨੇ ਦੀ ਲੱਗਦੀ ਆ, ਕੀ ਇਹ ਕਿਸੇ ਕੰਪਨੀ ਦੀ ਲੱਗਦੀ ਕਿ ਦੇਸੀ ਟਾਇਲ ਲੈ ਕੇ ਲਾਤੀ ਆ, ਕਿ ਲੈ ਕੇ ਉਹਦੇ ਉੱਤੇ ਰੰਗ ਫੇਰਤਾ, ਥੱਲੇ ਕੋਈ ਬਜਰੀ ਚੱਜ ਨਾਲ ਵਿਛਾਈ ਵੀ ਆ ਕਿ ਨਹੀਂ ਵਿਛਾਈ। ਕਿ ਜੀ ਇੱਦਾਂ ਨਾ ਮੇਰੇ ਕੋਲ ਕੇਸ ਆ, ਜੇ ਕੋਈ ਸੀਵਰੇਜ ਦਾ ਢੱਗਣ ਬੰਨਾ ਉਹ ਪੁਰਾਣਾ ਹੀ ਚਲਾਤਾ ਕਿ ਨਵਾਂ ਬਣਾਇਆ। ਮੇਰੇ ਕੋਲ ਨਾ ਇੱਕ ਸ਼ਿਕਾਇਤ ਆਈ ਸੀਗੀ, ਉਹ ਕੰਮ ਕਰਾਇਆ ਕਾਰਪੋਰੇਸ਼ਨ ਨੇ, ਉਹਨਾਂ ਨੇ ਇੱਕ ਠੇਕੇਦਾਰ ਨੂੰ ਫਾਇਦਾ ਪਹੁੰਚਾਉਣ ਵਾਸਤੇ ਨਾ ਉਹਨਾਂ ਨੇ ਇੱਕ ਕਲਾਜ਼ ਪਾ ਤੀ ਵੀ ਟਾਇਲ ਦੀ ਸਟੀਲ ਮੋਲਡਿੰਗ ਵਾਲੀ ਟਾਇਲ ਲੱਗੇਗੀ। ਉਹਦੀ ਵੀ ਕੰਪਲੇਂਟ ਹੋਈ ਹੋਈ ਜੇ, ਅਤੇ ਮਾਮਲਾ ਹੁਣ ਚੰਡੀਗੜ੍ਹ ਪਹੁੰਚਿਆ ਹੋਇਆ ਜੇ, ਵੀ 9 ਕਰੋੜ ਦੇ ਕੰਮ ਹੋਇਆ ਸਿਰਫ ਇੱਕੋ ਬੰਦੇ ਨੂੰ ਫਾਇਦਾ ਪਹੁੰਚਾਉਣ ਵਾਸਤੇ, ਤੁਸੀਂ ਸਰਕਾਰ ਨੂੰ 9 ਕਰੋੜ ਰੁਪਏ ਦਾ ਨੁਕਸਾਨ ਕਰਤਾ। ਫਿਰ ਰਕੇਸ਼ ਜੀ ਫਿਰ ਕਿਸ ਤਰ੍ਹਾਂ ਬਦਲਾਅ ਆਏਗਾ? ਹਰ ਸਾਲ ਸੜਕਾਂ ਪਾਉਂਦੀਆਂ, ਕੋਈ ਉਹਦੀ ਸਪੈਸੀਫਿਕੇਸ਼ਨ ਨਹੀਂ ਕਦੀ ਉਹਨਾਂ ਨੇ। ਜਦੋਂ ਅਨਿਲ ਜੋਸ਼ੀ ਮੰਤਰੀ ਹੁੰਦੇ ਸਨ ਰਕੇਸ਼ ਜੀ, ਉਹ ਲੋਕਲ ਬਾਡੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਸੜਕ ਦੀ ਮੋਟਾਈ ਇਹਦੀ ਲੋਕ ਸੈਂਪਲ ਟੈਸਟ ਕਰਾਉਣ ਜ਼ਰੂਰ ਭੇਜਿਆ ਕਰਾਂਗੇ। ਉਹ ਬਾਅਦ 'ਚ ਕਿੱਥੇ ਗਈਆਂ ਉਹ ਸਾਰੀਆਂ ਗੱਲਾਂ? ਕੋਈ ਨਹੀਂ ਬਣਦੀ ਜੀ, ਸਾਡੇ ਉੱਥੇ ਸੜਕ ਬਣਾ ਕੇ ਗਏ, ਉਹ ਲੀਪਾ ਪੋਤੀ ਕੀਤੀ ਬਸ ਉਹਨਾਂ ਨੇ, ਸੜਕ ਹੀ ਕਾਲੀ ਦੇਖਦੀ ਉਹ ਵਹਿ ਪੂ ਗਈ ਅੱਜ ਮਹੀਨੇ 'ਚ ਨਹੀਂ। ਹੁਣ ਆਉਂਦੇ ਵੇਖੋ ਇੱਦਾਂ ਦੇ ਕੰਮਾਂ ਦੀ, ਕਰੋੜਾਂ ਰੁਪਈਏ ਦੇ ਡਿਵੈਲਪਮੈਂਟ ਦੇ ਕੰਮਾਂ ਦੀ, ਇਹ ਵਿਜੀਲੈਂਸ ਦੇ ਸਕੈਨਰ ਰੇਟਾਂ 9/22 FIR ਦੇ ਵਿੱਚ ਉਹ ਜਾਂਚ ਹੋ ਰਹੀ ਆ, ਉਹ ਜਾਂਚ ਬਣੀ ਸਿੱਟ ਬਣੀ, ਉਹ ਕਿੰਨਾ ਚਿਰ ਲੱਗੂ ਜਾਂਚ ਦੇ ਵਿੱਚ ਵੀ ਠੇਕੇਦਾਰਾਂ ਦੇ ਜਿਹੜੇ ਕੰਮ ਕੀਤੇ ਨਹੀਂ ਕੀਤੇ, ਤੁਸੀਂ ਉਹਨਾਂ ਕੋਈ ਕਿੱਥੇ ਚੈੱਕ ਕਰਾ ਰਹੇ ਜੇ? ਵੇਖੋ ਸਹੀ ਵੀ ਇਹ ਕੰਮ ਜਿਹੜੇ ਹੋਏ ਕਿੰਨੇ ਕਿੰਨੇ ਚਿਰ ਬਾਅਦ ਦੁਬਾਰਾ ਹੋਏ, ਕੀ ਇਹ ਕੰਮ ਕਿਤੇ ਕਾਰਪੋਰੇਸ਼ਨ ਨੇ ਪਹਿਲਾਂ ਕਿ ਨਹੀਂ ਕੀਤੇ? ਇਹ ਕਹਿੰਦੇ ਰਿਕਾਰਡ ਹੀ ਕੋਈ ਨਹੀਂ, ਤਾਂ ਤੁਸੀਂ ਦੱਸਦੇ ਜੇ ਵੀ ਜਿਹੜਾ ਮਰਜ਼ੀ ਲੁੱਟੀ ਜਾਓ ਉਹਦੇ ਸਰਕਾਰ ਨੂੰ, ਸਰਕਾਰ ਨੂੰ ਕੋਈ ਕਹਿੰਦੇ ਫਰਕ ਨਹੀਂ ਪੈਂਦਾ ਵੀ ਲੁੱਟ ਕੇ ਲੈ ਜਾਓ, ਸਰਕਾਰ ਗਰੀਬ ਹੋ ਜੇ। ਠੇਕੇਦਾਰਾਂ ਨੇ ਆਰ ਕੀ ਸੋਚ ਲਿਆ ਸਰਕਾਰ ਦਾ ਵੀ ਅਸੀਂ ਸਰਕਾਰ ਨੂੰ ਗਰੀਬ ਨਹੀਂ ਹੁੰਦਾ, ਅਸੀਂ ਘੱਟ ਲੁੱਟਣਾ, ਪਰ ਅਫਸਰਾਂ ਨੇ ਲਿਹਾਜ਼ ਨਹੀਂ ਕੀਤਾ ਉਹਨਾਂ। ਵੇਖੋ ਐਸਟੀਮੇਟ ਕਿੰਨਾ ਬਣਾਉਣਾ ਚਾਹੀਦਾ, ਵੇਖੋ ਦੋਵਾਂ 'ਚ ਇੱਕ ਬੰਦਾ ਗਲਤ ਆ, ਜਾਂ ਠੇਕੇਦਾਰ ਗਲਤ ਆ, ਕਿਸੇ ਠੇਕੇਦਾਰ ਨੇ ਇੱਥੋਂ ਪੈਸੇ ਪੱਗ ਦੇ ਦੇਣੇ ਨਹੀਂ, ਕਿਸੇ ਨੇ ਨਹੀਂ ਕੰਮ ਕਰਨਾ, ਉਹਨੇ ਇਹਨਾਂ ਨੂੰ ਕਮਿਸ਼ਨ ਵੀ ਦੇਣੀ ਆ, ਉਹਨੇ ਪੈਸੇ ਵੀ ਪਹੁੰਚਾਉਣੇ ਆ, ਜਾਂ ਉਹ ਕੁਆਲਿਟੀ ਨਾਲ ਕੁਛ ਸਮਝੌਤਾ ਕਰੂ। ਕਿ ਜੀ ਕਿਸੇ ਐਸੇ ਮਹਾਂਪੁਰਸ਼ ਨੇ ਹੈਗੇ ਜਿਹਨਾਂ ਕੋਲ ਜਹਾਜ਼ਗੜ੍ਹ ਦਾ ਏਰੀਆ ਜੇ, ਉਹ ਕਹਿੰਦੇ ਵੀ ਉੱਥੇ ਇੱਕ ਕਿਸੇ ਬਿਲਡਿੰਗ 'ਤੇ ਖਾਸ ਮਿਹਰਬਾਨ ਨੇ, ਉਹ ਪਹਿਲੇ 2 ਮੰਜ਼ਿਲਾਂ ਬਣਾਤੀਆਂ ਉਹਦੀਆਂ, ਠੀਕ ਹੈ। ਉਹਨੇ ਜਿੰਨੀ ਸਪੈਸੀਫਿਕ ਹਾਈਟ ਆ ਬੰਦੇ ਨੇ, ਪਹਿਲਾਂ ਕੋਈ ਬੁਕਿੰਗ ਏਜੰਸੀ ਉੱਥੇ ਜੀ, ਉਹਨੇ ਹੋਟਲ ਬਣਾ ਲਿਆ ਜਿੰਨੀ 50 ਫੁੱਟ ਹਾਈਟ, ਉਹ ਤੋਂ 2 ਮੰਜ਼ਿਲਾਂ ਵੱਧ ਪਾ ਲਈਆਂ, ਇੱਕ ਵਾਰੀ ਨਾ ਤੋੜੀ ਵੀ ਮਗਰ ਸੈਟਿੰਗ ਹੋਣੀ ਹੋਣੀ, ਉਹਨੇ ਫਿਰ ਉਹ ਵੀ ਬਣਾ ਲਈ ਟੁੱਟੀ ਵੀ। ਹੁਣ ਉਹ ਇੱਕ ਹੋਰ ਪਾਲਾ ਲੱਗਾ ਸੀ, ਉਹਨੂੰ ਫਿਰ ਰੋਕਿਆ ਵੀ ਤੇਰੀ ਸੈਟਿੰਗ 2 ਮੰਜ਼ਿਲਾਂ ਦਾ ਕਿ ਉੱਤੇ ਪਾਉਣ ਦੀ ਤੀਜੀ ਨਹੀਂ ਹੈਗੀ, ਪਹਿਲਾਂ ਆ ਕੇ ਸਾਨੂੰ ਮਿਲ। ਫਿਰ ਕਹਿੰਦੇ ਦੇਖ ਲਓ ਰਣਜੀਤ ਐਵਨਿਊ ਕਿੰਨੇ ਬਣੇ ਨੇ, 100-100 ਫੁੱਟ ਬਣੇ, ਕੀ ਫਰਕ ਪੈਂਦਾ? ਬਣਾਏ ਕਿੰਨੇ? ਬਣਵਾਏ ਇਹਨਾਂ ਨੇ, ਬਣਵਾਏ ਨਾ, ਇਹ ਤਾਂ ਕਿਸੇ ਨੂੰ ਬਣਾ ਨਹੀਂ ਦਿੰਦੇ। ਇਹਦਾ ਮਤਲਬ ਵੀ ਜਾਂ ਉਹ ਟਾਈਲਾਂ ਮਾੜੀਆਂ ਲਾਉਣਗੇ, ਥੱਲੇ ਮਟੀਰੀਅਲ ਮਾੜਾ ਲਾਉਣਗੇ, ਉਹ ਹੀ ਪੁੱਟ ਕੇ ਉਹੀ ਉੱਥੇ ਟਾਈਲਾਂ ਪੁੱਟੀਆਂ ਸਿੱਧੀਆਂ ਕਰਕੇ ਉੱਤੇ ਰੰਗ ਫੇਰ ਦੇਣਗੇ, ਲੱਗੂਗਾ ਵੀ ਨਵੀਆਂ ਫੈਲਾਂ ਲੱਗੀਆਂ, ਹੱਥੋਂ ਪਾ ਕੇ ਤਾਂ ਕਿਸੇ ਨੇ ਕੰਮ ਕਰਨਾ ਨਹੀਂ। ਔਰ ਕਹੇ ਜੀ ਮੇਰੀ ਕਿਸੇ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਇਹ ਕਈਆਂ ਇਹਨਾਂ ਨੂੰ ਪਤਾ ਹੁੰਦਾ ਵੀ ਕਿਹੜੀਆਂ ਗਲੀਆਂ ਪਹਿਲੇ ਬਣੀਆਂ, ਅੱਧਾ ਅਧੂਰਾ ਕੰਮ ਕਹਿੰਦੇ ਉੱਥੇ ਹੋਇਆ ਹੁੰਦਾ ਅਤੇ ਫਿਰ ਉੱਥੇ ਵੇਖ ਲੈਂਦੇ ਜਿੱਦਾਂ ਤੁਹਾਨੂੰ ਮੈਂ ਦੱਸੇ ਅੱਧੇ ਅਧੂਰੇ ਕੰਮ ਵਾਲੇ। ਚਲੋ ਇਹ ਉਹਨੂੰ ਨਾਲ ਲੈ ਲੈਂਦੇ ਕੰਮ ਨੂੰ। ਅਸੀਂ ਫਿਰ ਮਾਨ ਸਾਹਿਬ ਨੂੰ ਕਹਿੰਦੇ ਵੀ ਤੁਸੀਂ ਅਫਸਰਾਂ ਨਾਲ ਮੀਟਿੰਗ ਕਰ ਰਹੇ ਹੋ ਫਾਈਨਾਂਸ ਡਿਪਾਰਟਮੈਂਟ ਵਾਲਿਆਂ ਦੇ ਨਾਲ, ਉਹਨਾਂ ਨੇ ਵੀ ਤੁਹਾਨੂੰ ਚਿਤਾਇਆ ਵੀ ਪੈਸਾ ਜੇ ਅਸੀਂ ਇਸ ਤਰ੍ਹਾਂ ਹੀ ਖਰਚ ਕਰਦੇ ਰਹੇ ਤਾਂ ਪੰਜਾਬ ਰੰਗਲਾ ਪੰਜਾਬ ਕਦੀ ਨਹੀਂ ਬਣਨਾ, ਪੰਜਾਬ ਕੰਗਲਾ ਪੰਜਾਬ ਜ਼ਰੂਰ ਬਣ ਗਿਆ ਅਤੇ ਹੋਰ ਕੰਗਾਲ ਇਹਨੇ ਹੋ ਜਾਣਾ। ਅਤੇ ਜਿੱਥੋਂ ਪੈਸੇ ਆਉਣੇ ਚਾਹੀਦੇ ਸਰਕਾਰ ਨੂੰ ਉੱਥੇ ਪੈਸੇ, ਉੱਥੋਂ ਪੈਸੇ ਆ ਨਹੀਂ ਰਹੇ ਕਿਉਂਕਿ ਜਿਹੜਾ ਮਾਫੀਆ ਉਹ ਸ਼ਿਫਟ ਹੋ ਗਿਆ ਤੁਹਾਡੇ ਦੇ ਵਿੱਚ। ਅਸੀਂ ਨਹੀਂ ਕਹਿੰਦੇ, ਮੰਚ ਤੋਂ ਤੁਹਾਡੇ ਹੀ MLA ਸਾਹਿਬਾਨ
ਆਰੋਪ ਲਗਾਉਂਦੇ ਪਏ ਨੇ। ਇਸ ਕਰਕੇ ਤੁਸੀਂ ਧਿਆਨ ਦਿਓ, ਲੋਕਲ ਬਾਡੀ ਡਿਪਾਰਟਮੈਂਟ ਹੋਵੇ ਚਾਹੇ ਜਿਹੜਾ, ਤੁਸੀਂ ਪੂਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਡਿਵੈਲਪਮੈਂਟ ਹੋ ਰਹੀ ਹੈ ਉਹ ਪੈਸਾ ਵਾਕਈ ਖਰਚ ਕੀਤਾ ਜਾ ਰਿਹਾ ਜਾਂ ਕੁਛ ਬੰਦਿਆਂ ਦੀ ਜੇਬਾਂ ਦੇ ਵਿੱਚ ਜਾ ਰਿਹਾ, ਇਹ ਫੈਸਲਾ ਤੁਸੀਂ ਕਰਨਾ, ਇਹਦਾ ਪਤਾ ਲਗਾਉਣਾ ਤੁਹਾਡਾ ਕੰਮ ਹੈ, ਕਿਉਂਕਿ ਸਾਰੀ ਤੁਸੀਂ ਪੰਜਾਬ ਦੇ ਮੁਖੀ ਹੋ ਅਤੇ ਤੁਹਾਡੇ ਕੋਲ ਸਾਰਾ ਤੰਤਰ ਵੀ ਮੌਜੂਦ ਹੈ। ਸਾਨੂੰ ਦਿਓ ਇਜਾਜ਼ਤ, ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।